ਪਿਛਲੇ 4 ਦਿਨਾਂ ਤੋਂ ਪਹਾੜਾਂ ਤੇ ਹੋ ਰਹੀ ਮੂਸਲਾਦਾਰ ਪਾਰਸ਼ ਦੇ ਨਾਲ ਬੱਦਲ ਫਟਣ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਉਸ ਦਾ ਅਸਰ ਹੁਣ ਬਿਆਸ ਦਰਿਆ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਇਸ ਵੇਲੇ ਅਸੀਂ ਖੜੇ ਹਾਂ ਪਿੰਡ ਗੱਗੇਵਾਰ ਪੱਕੇ ਗਗੜੇਵਾਲ ਵਿਖੇ ਜਿਹੜਾ ਕਿ ਅਮਨੇਸਰ ਦੇ ਬਿਆਸ ਤੋਂ ਕੋਈ 15 ਕਿਲੋਮੀਟਰ ਦੂਰੀ ਤੇ ਸਥਿਤ ਹੈ ਇੱਥੇ ਬਿਆਸ ਦਰਿਆ ਵਗਦਾ ਹੈ ਇਹ ਉਹ ਦਰਿਆ ਹੈ ਜਿਹੜਾ ਪਹਾੜਾਂ ਤੋਂ بارش ਦਾ ਪਾਣੀ ਇਸ ਦਰਿਆ ਦੇ ਵਿੱਚ ਆਂਦਾ ਹੈ ਜਿਹੜਾ ਆਪਣੇ ਪਹਿਲੇ ਆਮ ਰੂਟੀਨ ਨਾਲੋਂ ਕੁਝ ਵੱਧ ਕੇ ਮੰਨਿਆ ਜਾ ਰਿਹਾ ਹੈ ਪਿਛਲੇ ਕੱਲ ਤੋਂ ਹੀ ਕੱਲ ਤੋਂ ਹੀ ਇਹ ਪਾਣੀ ਦਾ ਪੱਧਰ ਵੱਧ ਗਿਆ ਹੈ ਜਾਣਕਾਰਾਂ ਮੁਤਾਬਕ ਜੇ ਇਹ ਪੱਧਰ ਹੋਰ ਜ਼ਿਆਦਾ ਵੱਧ ਜਾਂਦਾ ਹੈ ਤੇ ਦੂਸਰੀ ਸਾਈਡ ਜਿਹੜੀ ਪਰਲੀ ਸਾਈਡ ਦਾ ਤੁਸੀਂ ਵੇਖ ਰਹੇ ਹੋ ਆਪਣੇ ਆਪਣੇ ਮੋਬਾਈਲ ਸਕਰੀਨ ਦੇ ਉੱਤੇ ਇਹ ਏਰੀਏ ਦਾ ਜਿਹੜਾ ਪਾਣੀ ਦਾ ਪੱਧਰ ਹੈ ਕਿਉਂਕਿ ਨੀਵਾ ਇਲਾਕਾ ਹੋਣ ਕਰਕੇ ਇਹ ਪਾਣੀ ਉਧਰ ਚਲੇ ਜਾਂਦਾ ਹੈ ਜ਼ਿਆਦਾ ਔਰ ਉਹ ਪਿੰਡ ਕਾਫੀ ਪਿੰਡ ਡੁੱਬ ਜਾਂਦੇ ਨੇ ਉਹਨਾਂ ਨੂੰ ਉੱਚੀ ਜਗ੍ਹਾ ਤੇ ਜਾਣਾ ਪੈਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਪਾਣੀ ਜਿਹੜਾ ਹੈ ਪਾਣੀ ਦਾ ਬਹਾਵ ਵੀ ਤੇਜ਼ ਹੈ ਔਰ ਇਹ ਪਾਣੀ ਪਹਾੜਾਂ ਤੇ ਹੋ ਰਹੀ ਬਾਰਿਸ਼ ਕਾਰਨ ਦਰਿਆ ਬਿਆਸ ਦਰਿਆ ਦੇ ਵਿੱਚ ਆ ਗਿਆ ਹੈ ਬਿਆਸ ਦਰਿਆ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਬਿਆਸ ਤੋਂ ਲੈ ਕੇ ਇਸ ਤਰਨਤਾਰਨ ਡਿਸਟ੍ਰਿਕਟ ਵੱਲ ਦੀ ਗੱਲ ਕਰੀਏ ਤੇ ਬਿਆਸ ਦਾ ਜਿਹੜਾ ਪੱਧਰ ਹੈ ਲਗਾਤਾਰ ਵਧਦਾ ਜਾ ਰਿਹਾ ਹੈ ਜਾਇ ਪਿੰਡਾਂ ਪਿੰਡ ਵਾਸੀਆਂ ਮੁਤਾਬਕ ਇਹ ਜਿਹੜਾ ਪੱਧਰ ਹੈ ਕੱਲ ਕੱਲ ਹੀ ਵਧਣਾ ਸ਼ੁਰੂ ਹੋਇਆ ਹੈ ਕੱਲ ਇਹ ਪੱਧਰ ਬਹੁਤ ਘੱਟ ਸੀਗਾ ਪਾਣੀ ਆਮ ਮੰਗਨ ਜਿਹੜਾ ਰੂਟੀਨ ਦੇ ਮੁਤਾਬਕ ਪਾਣੀ ਘੱਟ ਚੱਲ ਰਿਹਾ ਸੀਗਾ ਪਰ ਅਗਰ ਹੁਣ ਹੌਲੀ-ਹੌਲੀ ਇਹ ਪੱਧਰ ਬਹੁਤ ਵੱਧ ਗਿਆ ਹੈ ਦੇਖਣ ਚਾਹਿਆ ਕਿ ਪੂਰਾ ਆਦਮੀ ਯਾਨੀ ਕਿ 8 ਫੁੱਟ ਤੱਕ ਦਾ ਪਾਣੀ ਇਸ ਤੇ ਵੱਧ ਗਿਆ ਹੈ ਇਸ ਤੋਂ ਬਾਅਦ ਜੇ ਹੋਰ ਐਸੇ ਤਰ੍ਹਾਂ ਪਾਣੀ ਦੀ ਆਮਦ ਰਹੀ ਤੇ ਪਾਣੀ ਹੁਣ ਜਿਹੜੇ ਨਿਚਲੇ ਇਲਾਕੇ ਨੇ ਉਹਨਾਂ ਵੱਲ ਇਸ ਦੇ ਵਿੱਚ ਜਾਣਾ ਸ਼ੁਰੂ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤੁਹਾਡੇ ਟੀਵੀ ਸਕਰੀਨ ਤੇ ਨਜ਼ਰ ਆ ਰਿਹਾ ਹੈ ਕਿ ਜਿਹੜਾ ਸੁੱਕਾ ਇਲਾਕਾ ਹੈ ਉਹ ਵੀ ਹੁਣ ਨਾ ਮਾਤਰ ਹੈ ਉਧਰ ਵੀ ਪਾਣੀ ਚਲਾ ਗਿਆ ਹੈ ਉਧਰ ਜੇ ਅਸੀਂ ਖੇਤੀਬਾੜੀ ਕਰਦੇ ਫਸਲ ਵੀ ਤਿਆਰ ਖੜੀ ਹੈ ਉਧਰਲੇ ਲਾਗੇ ਜੇ ਪਿੰਡ ਜਿਹੜੇ ਨੇ ਉਹ ਪਾਣੀ ਚ ਜ਼ਿਆਦਾਤਰ ਡੁੱਬੇ ਹੋਏ ਨੇ ਤੁਸੀਂ ਇਸ ਤੋਂ ਦੇਖ ਸਕਦੇ ਹੋ ਸਾਫ ਦੇਖ ਸਕਦੇ ਹੋ ਕਿ ਕਈ ਕਾਫੀ ਏਰੀਆ ਕਾਫੀ ਹਿੱਸਾ ਜਿਹੜਾ ਹੈ ਪਾਣੀ ਨਾਲ ਕਵਰ ਹੋਇਆ ਹੋਇਆ ਹੈ ਔਰ ਇਹ ਉਹ ਦਰਿਆ ਹੈ ਬਿਆਸ ਦਰਿਆ ਹੈ ਜਿਹਦੇ ਪਾਣੀ ਪਹਾੜਾਂ ਤੇ ਹੋਈ ਜਿਹੜੀ 2-4 ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ ਲਗਾਤਾਰ ਮूसलाधार ਬਾਰਿਸ਼ ਹੋ ਰਹੀ ਹੈ ਉਸ ਤੋਂ ਇਲਾਵਾ ਜਿਹੜਾ ਬੱਦਲ ਵੀ ਕਈ ਜਗ੍ਹਾ ਤੇ ਫਟ ਗਿਆ ਹੈ ਉਸ ਤੋਂ ਬਾਅਦ ਪਾਣੀ ਦੀ ਆਮਦ ਬਹੁਤ ਤੇਜ਼ ਹੋ ਗਈ ਹੈ ਜਿਹੜਾ ਅਲਰਟ ਇਹਨਾਂ ਨੂੰ ਇਲਾਕਾ ਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਕਿ ਉਹ ਸੁਚੇਤ ਰਹਿਣ ਔਰ ਕਿਸੇ ਤਰ੍ਹਾਂ ਵੀ ਇੱਥੇ ਕੋਈ ਵੀ ਇਹੋ ਜੀ ਘਟਨਾ ਹੋ ਸਕਦੀ ਹੈ ਪਾਣੀ ਦਾ ਪੱਧਰ ਵੱਧ ਜਾਣ ਉਹ ਉੱਚੇ ਇਲਾਕਿਆਂ ਦੇ ਚਲੇ ਜਾਣ ਪਰ ਫਿਲਹਾਲ ਹਜੇ ਇਹੀ ਕਿਹਾ ਜਾ ਸਕਦਾ ਹੈ ਕਿ ਪਾਣੀ ਦਾ ਪੱਧਰ ਵੱਧ ਰਿਹਾ ਹੈ ਪਿੰਡ ਵਾਸੀਆਂ ਮੁਤਾਬਕ ਉਹ ਵੀ ਪੂਰੀ ਤਰ੍ਹਾਂ ਧਿਆਨ ਚ ਨਹੀਂ ਉਹਨਾਂ ਦਾ ਧਿਆਨ ਇਹਦੇ ਵਾਲੀ ਹੈ ਕਿ ਪਾਣੀ ਦਾ ਪੱਧਰ ਜਿਸ ਤਰ੍ਹਾਂ ਜਿਸ ਤਰ੍ਹਾਂ ਹੌਲੀ ਵੱਧ ਰਿਹਾ ਹੈ ਹੌਲੀ-ਹੌਲੀ ਵੱਧ ਰਿਹਾ ਹੈ ਬਾਰਿਸ਼ ਹੋਰ ਜਿਸ ਤਰ੍ਹਾਂ ਪੈ ਰਹੀ ਹੈ ਕਿਹਾ ਇਹ ਜਾ ਰਿਹਾ ਹੈ ਕਿ ਪਾਣੀ ਦਾ ਪੱਧਰ ਹੋਰ ਵਧੇਗਾ ਔਰ ਉਹ ਆਪਣੇ ਆਪ ਨੂੰ ਉੱਚਾ ਉੱਚੇ ਸਥਾਨ ਤੇ ਲੈ ਕੇ ਚਲੇ ਜਾਣਗੇ ਪ੍ਰਸ਼ਾਸਨ ਵੱਲੋਂ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਇਹਨਾਂ ਨਾਲ ਪਹਿਲੇ ਵੀ ਮੀਟਿੰਗ ਕਰਕੇ ਪਿੰਡ ਵਾਸੀਆਂ ਨੂੰ ਅਲਰਟ ਕਰਕੇ ਦਿੱਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਹੋਈ ਹੈ ਜਿਹੜੀਆਂ ਕਿਸ਼ਤੀਆਂ ਨੇ ਉਹ ਵੀ ਇੱਥੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਸੋ ਕੁੱਲ ਮਿਲਾ ਕੇ ਦੇਖਿਆ ਜਾਏ ਕਿ ਪਹਾੜਾਂ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਲਗਾਤਾਰ ਮूसलाधार ਬਾਰਿਸ਼ ਹੋ ਰਹੀ ਹੈ ਜਿਸ ਦਾ ਅਸਰ ਮੈਂ ਨਿਚਲੇ ਇਲਾਕਿਆਂ ਨੂੰ ਵੇਖਣ ਮਿਲਿਆ ਹੈ ਕਿ ਇਸ ਵੇਲੇ ਅਸੀਂ ਪਿੰਡ ਗੱਗੜ ਮਾਹਲ ਵਿੱਚ ਖੜੇ ਹਾਂ ਜਿੱਥੇ ਬਿਆਸ ਦਰਿਆ ਵਗਦਾ ਹੈ ਔਰ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਹੈ ਉਹ ਪਹਿਲੇ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਹੈ ਕਿ ਹੌਲੀ-ਹੌਲੀ ਇਹ ਪੱਧਰ ਵੱਧਦਾ ਜਾ ਰਿਹਾ ਹੈ ਕਿ ਜੇ ਐਸੇ ਤਰ੍ਹਾਂ ਹੀ ਬਾਰਿਸ਼ ਚੱਲ ਗਈ ਤੇ ਇਹਦਾ ਪੱਧਰ ਬਹੁਤ ਵੱਡਾ ਹੋ ਜਾਏਗਾ ਜਿਹੜੇ ਨਿਚਲੇ ਇਲਾਕੇ ਨੇ ਉੱਥੇ ਵੀ ਪਾਣੀ ਚਲਾ ਗਿਆ ਹੈ ਔਰ ਪਾਣੀ ਹੌਲੀ-ਹੌਲੀ ਵੱਧ ਰਿਹਾ ਹੈ ਕਈ ਹਿੱਸਿਆਂ ਦੇ ਵਿੱਚ ਪਾਣੀ ਚਲਾ ਗਿਆ ਹੈ ਜੇ ਐਸੇ ਤਰ੍ਹਾਂ ਪੱਧਰ ਵੱਧ ਪਾਣੀ ਦਾ ਪੱਧਰ ਵੱਧਦਾ ਰਿਹਾ ਤੇ ਉਹ ਉਹਨਾਂ ਨੂੰ ਪਾਰ ਕਰਕੇ ਪਾਣੀ ਉਧਰ ਚਲਾ ਜਾਏਗਾ ਪ੍ਰਸ਼ਾਸਨ ਵੱਲੋਂ ਇਸ ਲਈ ਪੂਰੇ ਇੰਤਜ਼ਾਮਾਤ ਕੀਤੇ ਗਏ ਨੇ ਪੂਰੀ ਕਿਸੇ ਤਰ੍ਹਾਂ ਦੀ ਕੋਈ ਸਥਿਤੀ ਨੂੰ ਨਿਪਟਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਔਰ ਲੋਕਾਂ ਨੂੰ ਵੀ ਸਮਝਾ ਦਿੱਤਾ ਗਿਆ ਹੈ ਜਿਹੜੇ ਨਿਚਲੇ ਇਲਾਕਿਆਂ ਚ ਰਹ ਰਹੇ ਨੇ ਉਹਨਾਂ ਨੂੰ ਵੀ ਦੱਸ ਦਿੱਤਾ ਗਿਆ ਹੈ ਕਿ ਸਮੇਂ ਆਉਣ ਦੇ ਉੱਤੇ ਜੇ ਕੋਈ ਸਿਚੁਏਸ਼ਨ ਇਹੋ ਜੀ ਹੋ ਜਾਂਦੀ ਹੈ ਤੇ ਉਹ ਆਪਣੇ ਆਪ ਆਪਣੀ ਜਗ੍ਹਾ ਨੂੰ ਖਾਲੀ ਕਰ ਦੇਣ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦਿਨਿਕ ਸੂਰਾ ਟੀਵੀ ਬਿਆਸ अलीशा बेगम एक औरत एक औरत ही समझ सकती है रूहानी काली शक्तियां मालकान दुनिया का सब तो चमत्कारी इलमेरे को लव मैरिज पति पत्नी चगड़ा स्वतंत्र छुटकारा तलाक केस बुरे सपने विदेश यात्रा बुरी संगत ज नशा छुड़ा बीमारी च दवा न लगना वशीकरण एक सच्चाई है वशीकरण करवाओ मन चाह प्यार पाओ किस्मत लॉटरी का योग है या नहीं सच्चाई जानो लॉटरी नंबर पाओ भावे छह सौ उन्नजा होगा या लोटोमैक्स ग्यारह घंटे चावाओ हर परेशानी का हल घर बैठे अस्टाम पेपर से लिख के लवो कम की गारंटी ਜੇਕਰ ਕੋਈ ਦੁਬਾਰਾ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ